ਭੁੱਖ ਬਹੁਤ ਲੱਗੀ ਸੀ, ਮੈਂ ਕਿਹਾ ਚਲੋ ਥੋੜਾ ਜਿਹਾ ਰਿਸਾ ਮਿਸਾ ਕਰ ਲਈਏ। ਤੋ ਨਾਜ਼ਰੀਨ ਗੱਡੀ ਦੀ ਬੈਗ ਖਾਵਾਂਗੇ। ਤੋ ਨਾਜ਼ਰੀਨ ਅਸੀਂ ਪਹੁੰਚ ਗਏ ਹਾਂ ਲਾਹੌਰ, ਠੀਕ ਹੈ। ਇਹ ਨਾਜ਼ਰੀਨ ਫੈਸਲਾਬਾਦ ਦੀ ਮਸ਼ਹੂਰੋ ਤਰੀਨ ਰੈਕ ਸਿਟੀ। ਅਸਲਾਮ ਅਲੈਕੁਮ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਭਰਾ ਮੇਰੇ ਠੀਕ ਹੋਣਗੇ। ਵੈਲਕਮ ਹੋ ਗਿਆ ਇੱਕ ਨਵੇਂ ਵਲੋਗ ਦੇ ਤੁਹਾਡੇ ਸਾਰਿਆਂ ਦਾ। ਉਸਤਾਦ ਜੀ ਕਰੀ ਫਿਰ ਤੋਂ ਉਸਤਾਦ ਜੀ, ਪਿਛਲੇ ਵਲੋਗਾਂ ਜੀ ਵੇਖਿਆ ਹੋਣਾ, ਅਸੀਂ ਘੁੰਮ ਫਿਰ ਰਹੇ ਹਾਂ ਇਸਲਾਮਾਬਾਦ, ਠੀਕ ਹੈ, ਇੰਜੋਏ ਕਰ ਰਹੇ ਹਾਂ। ਨਾਲ ਇੱਕ ਇੰਟਰਵਿਊ ਦੇ ਕੇ ਆਏ ਹਾਂ, ਇੰਟਰਵਿਊ ਉਸਤਾਦ ਜੀ ਫੁੱਲ ਯੈਸ ਅਤੇ ਬੈਸਟ ਦੇ ਕੇ ਆਏ ਹਾਂ, ਕਿਉਂਕਿ ਉਹਨਾਂ ਨੂੰ ਕੋਈ ਹੱਲ ਨਹੀਂ, ਜਿਹੜਾ ਜਵਾਬ ਉਸ ਸਵਾਲ ਸਾਨੂੰ ਪੁੱਛਦੇ ਨੇ ਇਹਦਾ ਦੱਸੀ ਜਵਾਬ ਦਿੰਦੇ ਹਾਂ, ਰੱਟੇ ਹੀ ਐਸੇ ਲਾਏ ਆ ਨਹੀਂ, ਠੀਕ ਹੈ। ਅਤੇ ਬਾਕੀ ਇੱਕ ਦੋ ਸਵਾਲਾਂ ਤੋਂ ਸਾਨੂੰ ਸੂਈ ਪਸਾਈ ਹੈ, ਫਿਰ ਵੀ ਮੰਨੇ ਮੁੰਨੇ ਕੋਈ ਨਹੀਂ, ਉਹ ਸਵਾਲਾਂ 'ਤੇ ਵੀ ਅੱਲਾ ਖੈਰ ਕਰੇ, ਉਹ ਤੁਹਾਨੂੰ ਦੱਸਾਂਗੇ ਜਲਦੀ, ਕਿਉਂਕਿ ਇੱਕ ਵਾਰੀ ਅੱਲਾ ਖੈਰ ਕਰੇ, ਅੱਲਾ ਖੈਰ ਕਰੇ, ਇਨ ਸ਼ਾ ਅੱਲਾ ਸਾਡਾ ਵੀਜ਼ਾ ਲੱਗ ਕੇ ਤੁਹਾਨੂੰ ਪਾਸਪੋਰਟ ਸਾਡੇ ਅੱਜ ਮਿਲ ਜਾਏ, ਫਿਰ ਉਹ ਵੀ ਅਸੀਂ ਗੱਲਾਂ ਦੱਸਾਂਗੇ ਜਿਹੜੀਆਂ ਉੱਥੇ ਗਲਤ ਗਲਤ ਗੱਲਾਂ ਕਰਦੇ ਨੇ, ਠੀਕ ਆ, ਅਤੇ ਸਮਝਾਵਾਂਗੇ। ਹਲੇ ਸ਼ਾਇਦ ਸਾਡੀ ਵੀਡੀਓ ਹੀ ਨਾ ਵੇਖ ਲਿਆ ਕੋਈ ਬੰਦਾ, ਠੀਕ ਹੈ। ਬਾਕੀ ਅੱਲਾ ਖੈਰ ਕਰੇ, ਅੱਲਾ ਚੰਗੀਆਂ ਕਰੇਗਾ ਜੋ ਵੀ ਹੋਏਗਾ। ਅਤੇ ਉਸਤਾਦ ਜੀ ਅੱਜ ਉੱਠ ਪਏ ਹਾਂ ਟਾਈਮ ਸਿਰ, ਠੀਕ ਹੈ। ਰੂਟੀਨ ਬੜੀ ਖਰਾਬ ਹੋ ਗਈ ਸੀ ਯਾਰ, ਪੰਜ ਪੰਜ ਛੇ ਛੇ ਸੱਤ ਸੱਤ ਵਜੇ ਦੁਪਹਿਰੇ ਸ਼ਾਮ ਨੂੰ ਉੱਠੀਦਾ ਸੀ, ਅਤੇ ਬਸ ਕੀ ਦੱਸੀਏ, ਇਹ ਟਾਈਮ ਸਿਰ ਉੱਠਿਆ, ਇਹ ਪ੍ਰੋਗਰਾਮ ਬਣ ਰਿਹਾ ਲਾਹੌਰ ਦਾ ਵੀ, ਲਾਹੌਰ ਜਾਣ ਨੂੰ ਦਿਲ ਕਰ ਰਿਹਾ, ਲਾਹੌਰ ਇੱਕ ਅੱਧਾ ਕੰਮ ਉਸਤਾਦ ਜੀ ਬਾਂਹ ਦੁੱਖਣ ਲੱਗ ਗਈ ਆ, ਹੱਥ ਚੇਂਜ ਕਰ ਲਈਏ। ਦੇਖਾ ਆਪਣੇ ਲਾਪਰਵਾਹੀ ਕਾ ਨਤੀਜਾ ਹੈ। ਓਏ ਹੋਏ ਹਾਏ, ਹਾਂਜੀ ਉਸਤਾਦ ਜੀ ਬਾਂਹ ਦੁੱਖਣ ਲੱਗ ਗਈ, ਐਂ ਮੋਬਾਈਲ ਫੜਨ ਦੀ ਆਦਤ ਨਹੀਂ ਨਾ, ਐਂ ਤਾਂ ਬਾਂਹ ਦੁੱਖਣ ਲੱਗ ਗਈ। ਅੱਛਾ ਉਸਤਾਦ ਜੀ ਤੁਹਾਨੂੰ ਦੱਸ ਰਹੇ ਹਾਂ ਕਿ ਲਾਹੌਰ ਜਾ ਰਹੇ ਹਾਂ, ਠੀਕ ਹੈ, ਸ਼ਾਇਦ ਵਾਲੀ ਗੱਲ ਆ, ਪ੍ਰੋਗਰਾਮ ਤਾਂ ਬਣ ਰਿਹਾ, ਹੁਣ ਅੱਗੋਂ ਵੇਖੀਏ ਕੀ ਬਣਦਾ ਵਾ, ਠੀਕ ਹੈ। ਅਤੇ ਬਾਕੀ ਹਲੇ ਨਹਾ ਲਿਆ ਵਾ, ਰੋਟੀ ਖਾ ਕੇ ਅਤੇ ਧੁੱਪ ਥੋੜ੍ਹੀ ਹਲਕੀ ਹੁੰਦੀ, ਡਿਸਾਈਡ ਕਰਦੇ ਹਾਂ ਲਾਹੌਰ ਅੱਜ ਨਿਕਲਣਾ, ਕੱਲ੍ਹ ਨਿਕਲਣਾ, ਕੰਮ 'ਤੇ ਆ ਜਾਣਾ ਤਾਂ ਹੈ ਹੀ ਆ, ਤੁਹਾਨੂੰ ਵੇਖਦੇ ਹਾਂ ਕਦੋਂ ਨਿਕਲਣਾ। ਬਾਕੀ ਅੱਲਾ ਖੈਰ ਕਰੇ ਯਾਰ, ਸਾਰੇ ਜਣੇ ਦੁਆ ਕਰਨਾ ਮੇਰੇ ਲਈ, ਠੀਕ ਹੈ। ਅਤੇ ਵੀਜ਼ਾ ਪਾਸਪੋਰਟ ਮੇਰਾ ਗਿਆ ਵਾ, ਮੈਂ ਉਹਨਾਂ ਨੂੰ ਚੈੱਕ ਕੀਤਾ ਸੀ ਕਿ ਗਾਂ ਨੂੰ ਵੀਜ਼ਾ ਲੱਗਣ ਨੂੰ, ਤੁਹਾਨੂੰ ਅੱਲਾ ਖੈਰ ਕਰੇ ਵੀਜ਼ਾ ਲੱਗ ਕੇ ਹੀ ਆਏ, ਦੁਆ ਕਰਨਾ ਦਵਾਵਾਂ, ਵੈਸੇ ਵੀ ਮੇਰੇ ਨਾਲ ਬਹੁਤ ਜ਼ਿਆਦਾ ਵਾ, ਤੁਸੀਂ ਸਾਰੇ ਜਣੇ ਕਿ ਜਿਹੜੇ ਨਹੀਂ ਕੀਤੀ ਉਹ ਵੀ ਜਣੇ ਕਰਨ, ਬਸ ਸਹੀ ਹੈ, ਅਤੇ ਅੱਲਾ ਖੈਰ ਕਰੇ, ਇਨਸ਼ਾਅੱਲਾ ਵੀਜ਼ਾ ਸਾਡਾ ਲੱਗ ਕੇ ਆਉਂਦਾ ਵਾ, ਸਾਰਿਆਂ ਨੂੰ ਦੱਸਾਂਗੇ ਅਤੇ ਨਾਲ ਇੱਕ ਪਾਰਟੀ ਵੀ ਛੋਟੀ ਮੋਟੀ ਕਰਾਂਗੇ, ਠੀਕ ਹੈ, ਅੱਲਾ ਦੇ ਰਾਹ 'ਚ ਵੀ ਦਿਆਂਗੇ, ਕਿਉਂਕਿ ਜੋ ਵੀ ਕਰਾਇਆ ਸਾਡੇ ਅੱਲਾ ਪਾ ਨੇ ਕਰਾਇਆ, ਬਾਕੀ ਅੱਲਾ ਖੈਰ ਕਰੇ। ਅਤੇ ਇਨਸ਼ਾਅੱਲਾ ਅੱਜ ਅਸੀਂ ਦੇਖਦੇ ਹਾਂ ਕੀ ਕਰਨਾ ਵਾ, ਠੀਕ ਹੈ, ਲਾਹੌਰ ਨਿਕਲਦੇ ਹਾਂ ਕੀ ਕਰਨਾ, ਰੋਟੀ ਖਾ ਲਈ ਅੱਜ ਸਾਈ, ਬੜੀ ਬੈਸਟ ਮੇਰੀ ਚੀਜ਼ ਪੱਕੀ ਹੋਈ ਹੈ, ਠੀਕ ਹੈ, ਜਿਹੜੀ ਮੈਂ ਬਹੁਤ ਸ਼ੌਕ ਨਾਲ ਖਾਂਦਾ ਉਹ ਆ ਸਾਗ, ਠੀਕ ਹੈ, ਸਾਗ ਪੱਕਾ ਆ, ਅੱਜ ਉਹਨੂੰ ਸਾਗ ਆ, ਰੋਟੀ ਖਾ ਕੇ ਅਤੇ ਬਾਹਰ ਨਿਕਲਦੇ ਹਾਂ, ਠੀਕ ਹੈ, ਅਤੇ ਫਿਰ ਪ੍ਰੋਗਰਾਮ ਬਣਾਉਂਦੇ ਹਾਂ ਕਿਤੇ ਜਾਣ ਦਾ। ਅਤੇ ਬਾਕੀ ਅੱਲਾ ਖੈਰ ਕਰੇ, ਜੇ ਨਵੇਂ ਭਰਾ ਆਏ ਨੇ ਜਲਦੀਆਂ ਸਾਨੂੰ ਸਬਸਕ੍ਰਾਈਬ ਕਰ ਲੈਣ, ਠੀਕ ਹੈ, ਲਾਈਕ ਕਰ ਦੇਣ, ਠੀਕ ਹੈ, ਅਤੇ ਸਾਨੂੰ ਨਵੀਆਂ ਨਵੀਆਂ ਵੀਡੀਓ ਪਵਾਉਣੀ ਹੈ ਅਤੇ ਬੜੀਆਂ ਅੱਛੀਆਂ ਆਉਣਗੀਆਂ, ਕਿਉਂਕਿ ਹੁਣ ਤਾਂ ਮਾਹੌਲ ਹੀ ਬਦਲ ਜਾਣਾ ਸਾਡਾ, ਅੱਲਾ ਖੈਰ ਕਰੇ, ਅੱਲਾ ਨੇ ਚਾਹਿਆ ਅਤੇ ਤਿੰਨ ਚਾਰ ਗਲਾ। ਅਤੇ ਬਾਕੀ ਆਈਏ ਚਲੀਏ ਬਾਹਰ, ਅਤੇ ਅੱਗੋਂ ਪ੍ਰੋਗਰਾਮ ਦੇਖਦੇ ਕੀ ਬਣਦਾ। ਉਸਤਾਦ ਜੀ ਮੈਂ ਬਾਹਰ ਸਬਜ਼ੀ ਖਾਂਦਾ ਵਾਂ, ਉਹ ਆ ਸਬਜ਼ੀ ਸਾਗ, ਠੀਕ ਆ, ਉਸ ਤੋਂ ਇਲਾਵਾ ਮੈਂ ਕੋਈ ਸਬਜ਼ੀ ਨਹੀਂ ਖਾਂਦਾ, ਸਬਜ਼ੀ ਨਾਲ ਮੈਂ ਦੋ ਦੋ ਪਰਾਂਠੇ ਵੀ ਖਾਏ ਜਾਂਦਾ, ਇੱਕ ਪਰਾਂਠਾ ਖਾ ਲਿਆ, ਇੱਕ ਸੁੱਕੀ ਰੋਟੀ ਖਾ ਰਿਹਾ ਵਾਂ, ਮੈਂ ਕਿਹਾ ਚਲੋ ਤੁਹਾਨੂੰ ਨਾਲ ਦੱਸ ਦਈਏ। ਸਾਗ ਉਸਤਾਦ ਜੀ ਸਾਨੂੰ ਸਭ ਤੋਂ ਬੈਸਟ ਲੱਗਦਾ, ਸਾਗ ਸਾਗ ਰੋਜ਼ ਵੀ ਦਿਓ ਦੇ ਕੋਲ, ਕਿਉਂਕਿ ਇੱਕ ਸਬਜ਼ੀ ਬੰਦੇ ਪਸੰਦ ਹੁੰਦੀ, ਬੋਲ 'ਚ ਸਭ ਨੂੰ ਪਸੰਦ ਹੁੰਦਾ ਵਾ, ਜਿਹੜਾ ਨਹੀਂ ਖਾਂਦਾ ਉਹ ਵੀ ਖਾ ਲੈਂਦਾ, ਪਰ ਸਾਗ ਸਾਨੂੰ ਸਭ ਤੋਂ ਅੱਛਾ ਲੱਗਦਾ। ਦੋ ਆ ਹੈਗੀਆਂ, ਇੱਕ ਤੇ ਦੋ ਆ, ਚਾਰ ਬੋਲ ਜਾਂਦੇ, ਦੋ ਆ ਹੈਗੀਆਂ, ਦੋ ਆ, ਨਾ ਦੇਣ ਪਾਗਲ ਆ, ਇੱਕ ਦੋ।
ਬਾਅਦ ਮਹਿਸੂਸ ਕੀ ਹੁੰਦਾ ਵਾ ਦੁਆ ਕਰਨਾ ਸਾਰੇ ਦੇ ਬਾਰੇ ਜੇ ਠੀਕ ਹੋਈਏ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਅੱਧੀ ਦਵਾਈ ਨਹੀਂ ਪੂਰੀ ਹੋਈ ਹੈ ਫੋਨ ਲੱਗੀ ਆ 2000 years later ਨਾਜ਼ਰੀਨ ਫੈਸਲਾਬਾਦ ਦੀ ਮਸ਼ਹੂਰੋ ਤਰੀਨ ਰੈਕ ਸਿਟੀ ਮੈਂ ਇੱਥੋਂ ਹਰ ਸ਼ੈ ਲੱਭਦੀ ਹੈ ਜੀ ਦੁਨੀਆ ਦੀ ਜੋ ਮਰਜ਼ੀ ਸ਼ੈ ਕੰਪਿਊਟਰ ਦੀ ਲੈ ਲਓ ਲੈਪਟੋਪ ਲੈ ਲਓ ਮਤਲਬ ਕਿ ਫੋਟੋ ਕਾਪੀਆਂ ਦੀ ਜੋ ਮਰਜ਼ੀ ਲੈ ਲਓ ਠੀਕ ਹੈ ਰੱਖ ਚੈੱਕ ਕਰ ਸਕਦੇ ਇੱਥੇ ਥੋੜ੍ਹਾ ਜਿਹਾ ਕੰਮ ਆ ਇੱਥੋਂ ਫਿਰ ਡੈਮੋ ਸਟੇਸ਼ਨ ਜਾਵਾਂਗੇ ਫੌਰੀ ਤੌਰ 'ਤੇ ਵੇਖ ਸਕਦੇ ਕਿੱਥੇ ਤੱਕ ਰਸ਼ ਹੀ ਰਸ਼ ਆ ਜੋ ਚੀਜ਼ ਤੁਹਾਨੂੰ ਬਣਾ ਕੇ ਦਿੱਤੀ ਹੈ ਨਾ ਇਨਸ਼ਾਅੱਲਾ ਹੈਗਾ ਕੱਲ੍ਹ ਤਾਰਨਾ ਹੈ ਤੁਸੀਂ ਆਉਂਦੇ ਹੋਣੇ ਹੋ ਮੇਰੀ ਅੱਧੀ ਜ਼ਿੰਦਗੀ ਡੈਮੋ ਦੇ ਅੱਡੇ ਦੀ ਲੰਘ ਗਈ ਹੈ ਸਾਰੀ ਕਦੀ ਐਨ ਕਦੀ ਐਨ ਇਹ ਬੜੀ ਅੱਛੀ ਬਾਤ ਕਹੀ ਆ ਅੱਲਾ ਖੈਰ ਕਰੇ ਬਸ ਥੋੜ੍ਹੀ ਦੇਰ ਹੈ ਡੈਮੋ ਵਾਲਾ ਕਿੱਸਾ ਵੀ ਖਤਮ ਹੋ ਜਾਣਾ ਅੱਲਾ ਖੈਰ ਕਰੇ ਦੁਆ ਕਰਨਾ ਸਾਰੇ ਜਾਣੇ ਤੋ ਨਾਜ਼ਰੀਨ ਅਸੀਂ ਪਹੁੰਚ ਗਏ ਹਾਂ ਲਾਹੌਰ ਠੀਕ ਹੈ ਦੁਆ ਕਰਨਾ ਇੱਥੋਂ ਸਾਨੂੰ ਇਨ ਡਰਾਈਵ ਲੱਭ ਜੇ ਅਤੇ ਅਸੀਂ ਟਾਈਮ ਸਿਰ ਘਰ ਹੋਈਏ ਤੁਹਾਨੂੰ ਮਿਲਦੇ ਹਾਂ ਘਰ ਜਾ ਕੇ ਹਾਂ ਜੀ ਭੁੱਖ ਬਹੁਤ ਲੱਗੀ ਸੀ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਰਿੱਸਾ ਮਿੱਸਾ ਕਰ ਲਈਏ ਹੁਣ ਜਲਦੀ ਨਾ ਖਾ ਕੇ ਚਲੀਏ ਸਫ਼ਰ ਨੂੰ ਤਾਂ ਜੀ ਇੱਕ ਬਰਗਰ ਲਵਾਇਆ ਵਾ ਫਟਾਫਟ ਖਾ ਕੇ ਚਲੀਏ ਤੋ ਨਾਜ਼ਰੇ ਗੱਡੀ ਜੀ ਪੈ ਖਾਵਾਂਗੇ ਫਿਰ ਨਿਕਲ ਜਾਵਾਂਗੇ 2000 years later piche bye bye
ਬਾਏ 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 ਓਏ ਗਜਬ ਬੇਇੱਜ਼ਤੀ ਹੈ। ਅਸਲਾਮ ਅਲੈਕਮ ਜੀ ਨਾਜ਼ਰੀਨ, ਮੈਂ ਆ ਗਿਆ ਘਰ, ਠੀਕ ਹੈ। ਹੁਣ ਤਿਆਰੀ ਹੈ ਸੌਣ ਦੀ, ਅਤੇ ਛੋਟਾ ਜਿਹਾ ਵਲੋਗ ਤਿਆਰ ਕਰਾਇਆ ਨਾਲੇ। ਚਲੋ ਇੱਕ ਦੋ ਦਿਨ ਹੋ ਗਏ ਨੇ ਵਲੋਗ ਨਹੀਂ ਪਾਇਆ, ਨਾਲ ਵਲੋਗ ਤਿਆਰ ਹੋ ਜਾਏਗਾ ਅਤੇ ਨਾਲ ਪਤਾ ਲੱਗ ਜਾਏਗਾ ਮੇਰੇ ਕਲਾਇੰਟਾਂ ਨੂੰ ਕਿ ਅਸੀਂ ਇਸ ਟਾਈਮ ਲਾਹੌਰ ਆ ਗਏ ਹਾਂ। ਅਗਲੇ ਵਲੋਗ ਤੁਹਾਨੂੰ ਲਾਹੌਰ ਦੇ ਮਿਲਾਂਗੇ, ਠੀਕ ਹੈ। ਹੱਲਾ ਖੈਰ ਕਰੇ, ਹੁਣ ਲੱਗੀਆਂ ਸੌਣ ਕਿਉਂਕਿ ਰਾਤ ਕਾਫੀ ਜ਼ਿਆਦਾ ਹੋ ਗਈ ਹੈ। ਤੁਹਾਨੂੰ ਇਨਸ਼ਾਅੱਲਾ ਤਾਲਾ ਸਵੇਰੇ ਕਲਾਇੰਟਾਂ ਨਾਲ, ਨਿਊ ਕਲਾਇੰਟਾਂ ਨਾਲ ਮਿਲਾਂਗੇ। ਅਤੇ ਬਾਕੀ ਨਵੇਂ ਭਰਾ ਜਿੰਨੇ ਵੀ ਆਏ ਉਹਨਾਂ ਨੂੰ ਬੇਨਤੀ ਇਹ ਕਿ ਸਾਨੂੰ ਸਬਸਕ੍ਰਾਈਬ ਕਰ ਲੈਣ, ਵੀਡੀਓ ਸ਼ੇਅਰ ਕਰ ਦੇਣ। ਓਕੇ, ਇਹ ਦੇਖੋ ਜੀ ਖੁਸ਼ ਆ ਗਈ ਐਂਡ 'ਤੇ। ਓਏ ਹੋਏ ਹੋਏ ਹੋਏ, ਯੇ ਤਿਆ